ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਰੂਸਰ ਅਤੇ ਘੱਗਾ ਦੀ ਨਸ਼ਾ ਰੋਕੂ ਕਮੇਟੀ ਵੱਲੋਂ ਕਾਰਵਾਈ ਕਰਦੇ ਹੋਏ ਪਿੰਡ ਘੱਗਾ ਦੇ ਇੱਕ ਵਿਅਕਤੀ ਨੂੰ 200 ਨਸ਼ੀਲੀ ਗੋਲੀਆਂ ਤੇ 10,000 ਰੁਪਏ ਡਰੱਗ ਮਨੀ ਸਮੇਤ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਕਮੇਟੀ ਦੇ ਮੈਂਬਰਾਂ ਨੇ ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕੀਤਾ ਤਾਂ ਰਣਜੀਤ ਸਿੰਘ ਵੱਲੋਂ ਨਸ਼ਾ ਛੁਡਾਓ ਕਮੇਟੀ ਦੇ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜਦੋਂ ਮੈਂ ਜੇਲ੍ਹ ਚੋਂ ਬਾਹਰ ਆਵਾਂਗਾ ਤਾਂ ਉਸ ਵੇਲੇ ਉਹਨਾਂ ਨੂੰ ਇਸ ਦਾ ਖਮਾਇਜਾ ਭੁਗਤਣਾ ਪਵੇਗਾ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਨਸ਼ਾ ਛੁਡਾਓ ਕਮੇਟੀ ਦੇ ਮੈਂਬਰਾਂ ਨੇ ਕੀ ਕਿਹਾ, ਤੁਸੀਂ ਸੁਣ ਸਕਦੇ ਹੋ। ਮੇਰਾ ਨਾਮ ਕੁਲਦੀਪ ਸਿੰਘ ਆ। ਹਾਂਜੀ, ਜੋ ਅਸੀਂ ਪਿੰਡ ਘੱਗੇ ਦੇ ਨਸ਼ਾ ਛੁਡਾਓ ਕਮੇਟੀ ਦੇ ਅਧੀਨ ਸਭ ਕੰਮ ਕਰੀ ਜਾਂਦੇ ਹਾਂ, ਪਰ ਜਿਹੜਾ ਇਹ ਅੱਜ ਅਸੀਂ ਬੰਦਾ ਫੜਿਆ, 200 ਗੋਲੀ ਫੜੀ ਇਹਦੇ ਤੋਂ, ਇਹ ਸੋਆ ਤਾਂ ਬਹੁਤ ਜ਼ਿਆਦੀਆਂ ਵੇਚ ਚੁੱਕਿਆ ਸੀ, ਪਰ ਇਸ ਬੰਦੇ ਨੇ 10,500 ਦੀ ਗੋਲੀ ਵੇਚ ਚੁੱਕਿਆ ਸੀ, ਬਾਕੀ ਇਹਦੇ ਤੋਂ 200 ਗੋਲੀ ਬਰਾਮਦ ਕੀਤੀ ਹੈ। ਇਹ ਸਾਨੂੰ ਬਹੁਤ ਧਮਕੀਆਂ ਦਿੰਦਾ ਸੀ, ਕਹਿੰਦਾ ਜਦੋਂ ਮੈਨੂੰ ਫੜ ਲਉਂਗੇ ਅਤੇ ਉਦੋਂ ਮੈਂ ਤੁਹਾਡੇ ਨਾਲ ਐਂ ਕਰ ਦੂੰਗਾ, ਉਹ ਕਰ ਦੂੰਗਾ, ਪਰ ਅੱਜ ਅਸੀਂ ਬਹੁਤ ਹਿੰਮਤ ਨਾਲ ਇਹਨੂੰ ਫੜਿਆ। ਸਾਨੂੰ ਇਹਦੇ ਜਿਹੜੇ ਗੁੰਡੇ ਸੀ ਨਾਲ ਟੋਪ ਦੇ, ਇਹਨੇ ਮੁੰਡੇ ਹੋਰ ਵੀ ਰੱਖੇ ਹੋਏ ਆ, ਪਰ ਉਹ ਵੀ ਬਹੁਤ ਧਮਕੀਆਂ ਦਿੰਦੇ ਸੀ। ਬਾਅਦ 'ਚ ਵੀ ਜਦੋਂ ਪੁਲਿਸ ਆਈ ਆ, ਪੁਲਿਸ ਨੂੰ ਵੀ ਇਹਨਾਂ ਨੇ ਬਹੁਤ ਧੱਕਾ ਗੁਲਗੁਲਾ ਬਹੁਤ ਕੁਝ ਕੀਤਾ, ਵੀਡੀਓ ਬਣੀਆਂ ਹੋਈਆਂ। ਅਸੀਂ ਮਾਣਯੋਗ ਐਸ ਐਚ ਓ ਸਾਹਿਬ ਨੂੰ ਸਾਰਾ ਕੁਛ ਉਹਦੇ ਨਿਗਾਹ ਦੇ ਕਰਵਾ ਦਿੱਤਾ। ਮੈਂ ਇਸ ਬਾਰੇ ਕਹੂੰਗਾ ਵੀ ਸਾਡੀਆਂ ਕਮੇਟੀਆਂ ਜਿਹੜੀਆਂ ਹੈਗੀਆਂ ਬਹੁਤ ਵਧੀਆ ਕੰਮ ਕਰ ਰਹੀਆਂ, ਅਤੇ ਜੇ ਇੱਦਾਂ ਹੀ ਲੱਗੀਆਂ ਰਹੀਆਂ ਤਾਂ ਜਲਦੀ ਅਸੀਂ ਜਿਹੜਾ ਆਪਦਾ ਟਾਰਗੇਟ ਹੈਗਾ ਗਿੱਦੜਵਾ ਸਬ ਡਿਵੀਜ਼ਨ ਦਾ ਪੂਰਾ ਕਰ ਲਾਂਗੇ, ਅਤੇ ਉਹ ਨਸ਼ਾ ਫਰੀ ਕਰ ਲਾਂਗੇ। ਪੁਲਿਸ ਦਾ ਕਿਹੋ ਜਿਹਾ ਸਾਥ ਰਿਹਾ ਹੋ ਰਿਹਾ? ਪੁਲਿਸ ਦਾ ਹਜੇ ਤਾਂ ਕਾਫੀ ਹੱਦ ਤਾਈਂ ਠੀਕ ਸਾਥ ਮਿਲ ਰਿਹਾ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵਿਸ਼ੇਸ਼ ਪ੍ਰੋਬਲਮ ਨਹੀਂ ਆ ਰਹੀ। ਜਿਵੇਂ ਅੱਜ ਸਵੇਰੇ ਜਿਵੇਂ ਇਹਨਾਂ ਦੀ ਕੋਲ ਆਈ ਵੀ ਇੱਦਾਂ ਕਰਕੇ ਉੱਥੇ ਜਿਹੜੀਆਂ ਗੋਲੀਆਂ ਵਿਕ ਰਹੀਆਂ ਜਾਂ ਇੱਦਾਂ ਦਾ ਕੰਮ ਕਰਨਾ, ਤਾਂ ਨਾਲ ਦੀ ਨਾਲ ਪੁਲਿਸ ਨੇ ਇੱਕ ਟੀਮ ਬਣਾ ਕੇ ਉੱਥੇ ਮੌਕੇ 'ਤੇ ਪਹੁੰਚ ਕੇ ਕਾਰਵਾਈ। ਪੁਲਿਸ ਨਾਲ ਧੱਕਾ ਮੁੱਕੀ ਵਗੈਰਾ ਵੀ ਕੀਤਾ ਉੱਥੇ ਉਹਨਾਂ ਨੇ? ਹਾਂ ਬਿਲਕੁਲ, ਉਹ ਸਾਹਮਣੇ ਮਤਲਬ ਦੇਖਣ ਦੇ ਵਿੱਚ ਆਇਆ ਵੀ ਪੁਲਿਸ ਨਾਲ ਜਿਹੜਾ ਉਹਨਾਂ ਨੇ ਕਾਫੀ ਬਦਤਮੀਜ਼ੀ ਕੀਤੀ ਹੈ, ਅਤੇ ਇਸ ਸੰਬੰਧ ਦੇ ਵਿੱਚ ਵੀ ਅਸੀਂ ਅਪੀਲ ਕੀਤੀ ਹੈ ਵੀ ਇਸ ਉਹਨਾਂ ਦੇ ਲੋਕਾਂ 'ਤੇ ਵੀ ਕਾਰਵਾਈ ਕੀਤੀ ਜਾਵੇ ਜਿਹੜੇ ਪੁਲਿਸ ਨਾਲ ਜਿਹੜਾ ਹੈ ਗਲਤ ਦੁਰਵਿਵਹਾਰ ਕਰ ਰਹੇ। ਕੋਈ ਕਮੇਟੀ ਮੈਂਬਰਾਂ ਨਾਲ ਵੀ ਉਹਨਾਂ ਨੇ ਕੀਤਾ ਜੀ? ਬਿਲਕੁਲ, ਕਮੇਟੀ ਮੈਂਬਰਾਂ ਨੇ ਦੱਸਿਆ ਵੀ ਉਹਨਾਂ ਨੂੰ ਧਮਕੀਆਂ ਵਗੈਰਾ ਦਿੱਤੀਆਂ, ਅਤੇ ਉਹਨਾਂ ਵੱਲੋਂ ਅਸੀਂ ਇੱਕ ਰਿਕੁਐਸਟ ਵੀ ਦਿੱਤੀ ਹੈਗੀ ਹੈ ਕਿ ਸਾਨੂੰ ਪੂਰਨ ਉਮੀਦ ਹੈ ਵੀ ਜਿਵੇਂ ਪਹਿਲਾਂ ਵੀ ਸਾਨੂੰ ਕਦੇ ਵੀ ਧਮਕੀਆਂ ਮਿਲੀਆਂ ਤਾਂ ਧਮਕੀਆਂ ਦੇਣ ਵਾਲਿਆਂ ਨੂੰ ਕਦੇ ਬਖਸ਼ਿਆ ਨਹੀਂ ਗਿਆ, ਅੱਜ ਵੀ ਇਹਨਾਂ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਬਖਸ਼ਾਂਗੇ ਨਹੀਂ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਮਾਮਲੇ ਬਾਰੇ ਇੱਕ ਰਿਪੋਰਟ ਗਿੱਦੜਬਾਹਾ ਥਾਣੇ ਨੂੰ ਦਿੱਤੀ ਗਈ ਹੈ, ਤੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੇ ਬੰਦਿਆਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਬਾਰੇ ਜਦੋਂ ਗਿੱਦੜਬਾਹਾ ਦੇ SHO ਕ੍ਰਿਸ਼ਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਮੇਟੀ ਵੱਲੋਂ ਸਾਨੂੰ ਰਣਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਜੋ ਕਿ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਫੜਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਕੋਲੋਂ 200 ਦੇ ਕਰੀਬ ਨਸ਼ੀਲੀ ਗੋਲੀਆਂ ਫੜੀਆਂ ਗਈਆਂ ਹਨ, ਤੇ ਸਾਡੇ ਵੱਲੋਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨਾਲ ਕੀਤੀ ਬਦਤਮੀਜ਼ੀ ਬਾਰੇ ਜਦੋਂ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਵੀ ਨਹੀਂ ਹੋਈ। ਕੀ ਮਾਮਲਾ ਕੀ ਔਰ ਕਿੰਨੇ ਬੰਦੇ ਫੜੇ, ਕਿੰਨੀਆਂ ਗੋਲੀਆਂ ਸੀ? ਕੌਣ ਲੈ ਸਿੰਘ ਨਾਂ ਦਾ ਬੰਦਾ ਘੱਗੇ ਪਿੰਡ ਦਾ, ਇਹਦੇ ਕੋਲ 200 ਗੋਲੀ ਜਿਹੜਾ ਨਸ਼ਾ ਮਿਲੀ ਹੈ, ਕੀ ਇੱਥੇ ਪਰਚਾ ਦਰਜ ਕਰਕੇ ਕਾਰਵਾਈ ਕਰ ਰਹੀ ਕਮੇਟੀ ਵਗੈਰਾ ਨੇ ਫੜਾਈ ਸਰ? ਹਾਂ ਸਰ। ਕੋਈ ਪੁਲਿਸ ਨਾਲ ਵੀ ਬਦਤਮੀਜ਼ੀ ਵਗੈਰਾ ਕੀਤੀ ਇਸ ਬੰਦੇ ਨੇ? ਨਹੀਂ, ਕੋਈ ਇੰਨੀ ਕੋਈ ਗੱਲ ਸਮਝ ਨਹੀਂ ਆਈ। ਕਦੋਂ ਤਾਂ ਬੰਦਾ ਕੰਮ ਕਰਦਾ ਰਿਹਾ ਕਿਸੇ ਤਰ੍ਹਾਂ? ਇਹ ਤਾਂ 5-4 ਮਹੀਨੇ ਦਾ ਪਹਿਲਾਂ ਕਰ ਰਹੇ ਹਾਂ, ਇਹਦਾ ਟ੍ਰੈਫਿਕ ਕਈ ਵਾਰ ਲਾਇਆ ਇਹਦੇ 'ਤੇ ਕਾਬੂ ਆ ਗਿਆ।